ਦਿਨ ਹੋਵੇ ਜਾਂ ਰਾਤ, ਲੁਟੇਰੇ ਅਕਸਰ ਹੀ ਆਪਣੇ ਸ਼ਿਕਾਰ ਦੀ ਫਿਰਾਕ ਚ ਰਹਿੰਦੇ ਨੇ। ਰਾਤ ਵੇਲੇ ਤਾਂ ਇਹ ਲੁੱਟਾਂ ਕਰਦੇ ਨੇ ਤੇ ਹੁਣ ਤੜਕੇ ਵੀ ਡੇਰੇ ਲਾਈ ਬੈਠੇ ਰਹਿੰਦੇ ਨੇ ਤੇ ਲੋਕਾਂ ਦਾ ਇੰਤਜ਼ਾਰ ਕਰਦੇ ਨੇ ਤੇ ਮੌਕਾ ਦੇ ਕੇ ਉਹਨਾਂ ਨੂੰ ਲੁੱਟ ਲੈਂਦੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਬਜ਼ੀ ਮੰਡੀ ਤੋਂ ਤੜਕੇ ਸਬਜ਼ੀ ਲੈਣ ਜਾਂਦੇ ਰੇੜੀ ਵਾਲਿਆਂ ਨੂੰ ਹੀ ਇਹਨਾਂ ਲੁਟੇਰਿਆਂ ਨੇ ਕਿਰਪਾਨਾਂ ਦਿਖਾ ਕੇ ਇਹਨਾਂ ਦੇ ਨਾਲ ਲੁੱਟ ਕੀਤੀ ਤੇ ਉੱਥੋਂ ਫਰਾਰ ਹੋ ਗਏ। ਇਸ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਨਜ਼ਰ ਆਇਆ ਹੈ ਕਿ ਕਿਸ ਤਰ੍ਹਾਂ ਤੜਕੇ ਹੀ ਗਲੀ ਦੇ ਵਿੱਚ ਇਹ ਲੁਟੇਰੇ ਕਿਰਪਾਨਾਂ ਲੈ ਕੇ ਖੜੇ ਸਨ ਤੇ ਜਿਵੇਂ ਹੀ ਰੇੜੀ ਵਾਲੇ ਗਲੀ 'ਚ ਐਂਟਰ ਕਰਦੇ ਨੇ ਤਾਂ ਤੁਰੰਤ ਦੌੜ ਕੇ ਆਉਂਦੇ ਨੇ, ਕਿਰਪਾਨਾਂ ਦਿਖਾਉਂਦੇ ਨੇ ਤੇ ਫਿਰ ਇਹਨਾਂ ਰੇੜੀ ਵਾਲਿਆਂ ਤੋਂ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ। ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੀਆਂ ਨੇ ਜਿੱਥੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਨਜ਼ਰ ਆਇਆ ਹੈ ਕਿ ਕਿਸ ਤਰ੍ਹਾਂ ਇਹ ਲੁਟੇਰੇ ਤੜਕੇ ਹੀ ਕਿਰਪਾਨਾਂ ਲੈ ਕੇ ਗਲੀ 'ਚ ਖੜ ਜਾਂਦੇ ਨੇ ਤੇ ਆਉਂਦੇ ਜਾਂਦਿਆਂ ਦੇ ਨਾਲ ਲੁੱਟ ਕਰਦੇ ਨੇ। ਮੋਟਰਸਾਈਕਲ ਲਗਾ ਕੇ ਬੁੱਕਲ ਮਾਰ ਕੇ ਖੜੇ ਇਸ ਸਾਰੇ ਲੁਟੇਰੇ ਨੇ, ਇੱਕ ਮੋਟਰਸਾਈਕਲ ਤੇ ਤਿੰਨ ਲੁਟੇਰੇ ਖੜੇ ਨੇ ਜਿਨ੍ਹਾਂ ਦੇ ਕੋਲ ਕਿਰਪਾਨਾਂ ਨੇ। ਜਿਵੇਂ ਹੀ ਦੋ ਰੇੜੀ ਚਾਲਕ ਇੱਥੋਂ ਲੰਘਦੇ ਨੇ ਤਾਂ ਇਹ ਤੁਰੰਤ ਹੀ ਲੁਟੇਰੇ ਉਹਨਾਂ ਦੇ ਕੋਲ ਆਉਂਦੇ ਨੇ, ਕਿਰਪਾਨਾਂ ਦੇ ਨਾਲ ਹਮਲਾ ਕਰਨ ਦੀ ਧਮਕੀ ਦਿੰਦੇ ਨੇ, ਜੇਬਾਂ ਫੋਲਦੇ ਨੇ, ਜੇਬਾਂ ਦੇ ਵਿੱਚੋਂ ਨਕਦੀ, ਮੋਬਾਈਲ ਤੇ ਹੋਰ ਜੋ ਵੀ ਸਮਾਨ ਮਿਲਦਾ ਉਹ ਲੈ ਕੇ ਫਰਾਰ ਹੋ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਸਵੇਰ ਸਮੇਂ ਨਾ ਤਾਂ PCR ਗਸ਼ਤ ਕਰਦੀ ਹੈ ਤੇ ਨਾ ਹੀ ਇੱਥੇ ਲੋਕ ਜ਼ਿਆਦਾ ਗਿਣਤੀ 'ਚ ਮੌਜੂਦ ਹੁੰਦੇ ਨੇ। ਸਬਜ਼ੀ ਮੰਡੀ ਦੇ ਵਿੱਚ ਸਾਰਾ ਕੰਮ ਹੀ ਤੜਕੇ ਹੁੰਦਾ ਹੈ, ਜਿਸ ਕਰਕੇ ਸਬਜ਼ੀ ਵਿਕਰੇਤਾਵਾਂ ਨੂੰ ਤੜਕੇ ਹੀ ਨਿਕਲਣਾ ਪੈਂਦਾ ਹੈ। ਹੁਣ ਉਹ ਪੁਲਿਸ ਤੋਂ ਮੰਗ ਕਰ ਰਹੇ ਨੇ ਤੇ ਇੱਥੇ ਗਸ਼ਤ ਵਧਾਈ ਜਾਏ ਤੇ ਉਹਨਾਂ ਦੀ ਹਿਫਾਜ਼ਤ ਕੀਤੀ ਜਾਏ। ਉਧਰ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਵੀ CCTV ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਹੁਣ ਮੰਡੀਆਂ ਦੇ ਵਿੱਚ ਸਵੇਰ ਸਮੇਂ ਗਸ਼ਤ ਜ਼ਰੂਰ ਕੀਤੀ ਜਾਏਗੀ। ਇੱਥੇ ਲੋਕ ਜੀ ਮੁਕਤਸਰ ਦੇ ਰਹਿਣ ਵਾਲੇ ਜੀ, ਰਤਨ ਲਾਲ ਨਾਂ ਜੀ, ਫਰੂਟ ਦਾ ਕੰਮ ਕਰਦੇ ਹਾਂ ਅਤੇ ਤਾਂ ਸਵੇਰੇ ਆ ਰਹੇ ਸੀ ਦਾਣਾ ਮੰਡੀ ਪੁਰਾਣੀ 'ਚ ਅਤੇ ਮੂੰਹ ਸਾਫੇ ਬੰਨ ਕੇ ਮੂੰਹ ਬੰਨੇ ਹੋਏ ਉਹਨਾਂ ਦੇ ਕਿਰਪਾਨਾਂ ਲੈ ਕੇ ਆ ਗਏ ਅਤੇ 6000 ਰੁਪਈਆ ਸੀਗਾ, ਮੋਬਾਈਲ ਸੀਗਾ ਅਤੇ ਲੈ ਗਏ ਖੋ ਕੇ ਜਿੰਨੇ ਦਿਨ ਦੇ ਮਾਰਦੇ ਸੀ। ਕਿੰਨੇ ਵਜੇ ਦੀ ਘਟਨਾ ਅਤੇ ਕਿੰਨੇ ਪੈਸੇ ਖੋਏ ਗਏ? ਸੁਬਹਾ 5 ਵਜੇ ਜੀ। ਕੋਈ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਕਿਸੇ ਤਰ੍ਹਾਂ ਦੀ? ਹਾਂ ਦਿੱਤੀ, ਕਿਸੇ ਕੋਈ ਸੁਣਵਾਈ ਨਹੀਂ ਹੋਈ ਜੀ। ਕੋਈ CCTV ਕਿਸੇ ਤਰ੍ਹਾਂ ਦੀ ਨਹੀਂ ਜੀ? CCTV ਕੋਈ ਨਹੀਂ। ਕੀ ਮੰਗ ਕਰਦੇ ਹੋ? ਇਹ ਹੀ ਕਹਿੰਦੇ ਜੀ ਸਾਨੂੰ ਇਨਸਾਫ ਮਿਲੇ, ਕੋਈ ਡਿਊਟੀਆਂ ਲਾਈ ਜਾਣ, ਇਹ ਫੜੇ ਜਾਣ। ਗਰੀਬ ਬੰਦੇ ਮਾਰੇ ਜਾਂਦੇ ਆ, ਇਹ ਸੁਵਿਧਾ ਲੈ ਕੇ ਜਾਂਦੇ ਆ, ਉਹਨਾਂ ਦੇ ਪੈਸੇ ਕਿੱਥੋਂ ਦੇਈਏ ਜੋ ਖੋਹ ਹੀ ਲੈਣਗੇ ਸਾਥੋਂ, ਅਸੀਂ ਕਿੱਥੋਂ ਪੂਰੇ ਕਰਾਂਗੇ ਬੱਚੇ, ਬੱਚੇ ਕਿਵੇਂ ਪਾਲਾਂਗੇ ਆਪਾਂ? ਮੇਰਾ ਨਾਮ ਸ਼ਿੰਟੂ ਹੈ ਜੀ, ਮੁਕਤਸਰ ਦਾ ਰਹਿਣ ਵਾਲਾ। ਸਬਜ਼ੀ ਮੰਡੀ ਮੇਰਾ ਆੜਤ ਦਾ ਕੰਮ ਹੈ। ਲੁਟੇਰੇ ਮੂੰਹ ਬੰਨ ਕੇ ਆਉਂਦੇ ਆ, ਬਾਈਕ ਦੇ ਵਿੱਚ ਬਾਈਕ ਮਾਰਦੇ, ਥੱਲੇ ਸਿੱਟ ਦਿੰਦੇ ਆ। ਪਰ ਕੱਲ੍ਹ ਕੁਦਰਤੀ ਮੇਰੀ ਬੱਚਤ ਰਹਿ ਗਈ, ਉਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਮੈਨੂੰ ਲੁੱਟ ਲੈਣ, ਪਰ ਮੈਂ ਕਿਸੇ ਤਰੀਕੇ ਨਾਲ ਉੱਥੋਂ ਜਾ ਕੇ ਨਿਕਲ ਆਇਆ। ਮੇਰੇ ਤੋਂ ਬਾਅਦ ਦੋ ਬੰਦੇ ਪਿੱਛੇ ਉਹਨਾਂ ਨੇ ਲੁੱਟ ਲਏ। ਕਿੰਨੇ ਵਜੇ ਦੀ ਘਟਨਾ ਹੈ ਜਾਂ ਕਿਸੇ? ਇਹ 4:45 ਤੋਂ 5 ਵਜੇ ਦੀ ਘਟਨਾ ਜੀ ਇਹ। ਸੁਬਹਾ ਕਿੰਨੇ ਬੰਦੇ ਕੋਈ ਪਤਾ ਲੱਗਦਾ? ਦੋ ਬੰਦੇ ਦਾ ਗਰੁੱਪ ਇੱਕ ਹੈ ਜੀ, ਤਿੰਨਾਂ ਦਾ ਇੱਕ ਹੈ। CCTV ਕਿਸੇ ਤਰ੍ਹਾਂ ਦੀ ਕਿੱਥੋਂ ਹੁੰਦੀ ਹੈ ਘਟਨਾ ਜਾਂ? ਇਹ ਬਾਬੇ ਖੇਤਰਪਾਲ ਮੰਦਿਰ ਤੋਂ ਲੈ ਕੇ ਪੁੱਲ ਦੇ ਥੱਲੋਂ ਤੱਕ ਖੀਰੀ ਦੁਕਾਨ ਦੇ ਆਲੇ ਦੁਆਲੇ ਹੁੰਦੀ ਹੈ ਜੀ ਇਹ। ਕੀ ਮੰਗ ਕਰਦੇ ਹੋ? ਮੰਗ ਇਹ ਵੀ PCR ਦੀ ਡਿਊਟੀ ਵਧਾਈ ਜਾਵੇ, ਸਾਡੀ ਸੁਰੱਖਿਆ ਕੀਤੀ ਜਾਵੇ, ਲੁੱਟ ਖੋਹ ਤੋਂ ਬਚਾਇਆ ਜਾਵੇ। ਮੇਰਾ ਨਾਮ ਹਨੀ ਕੁਮਾਰ ਹੈ ਜੀ, ਪ੍ਰਧਾਨ ਸਬਜ਼ੀ ਮੰਡੀ ਯੂਨੀਅਨ ਮੁਕਤਸਰ ਸਾਹਿਬ ਜੀ। ਸਾਡਾ ਇਹ ਸਬਜ਼ੀ ਮੰਡੀ ਵਿੱਚ ਆੜਤ ਦਾ ਕੰਮ ਹੈ ਜੀ। ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ, ਦੱਸਣਾ ਚਾਹੁੰਦੇ ਹਾਂ ਜੀ, ਸਾਡੇ ਰੇੜੀਆਂ ਵਾਲੇ ਅਤੇ ਆੜਤੀ ਭਰਾ ਸਵੇਰੇ 4 ਵਜੇ ਆਉਂਦੇ ਆ ਮੰਡੀ ਜੀ। ਇਹਨਾਂ ਨਾਲ ਰਸਤੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇਹਨਾਂ ਨੂੰ ਘੇਰਿਆ ਜਾਂਦਾ ਜੀ, ਇਹਨਾਂ ਨਾਲ ਲੁੱਟ ਘਸੁੱਟ ਕੀਤੀ, ਇਹਨਾਂ ਨਾਲ ਮਾਰਕੁੱਟ ਕੀਤੀ ਜਾਂਦੀ। ਡੇਲੀ ਰੋਜ਼ ਦਾ ਕੰਮ ਹੋ ਚੁੱਕਿਆ ਜੀ, 3-4 ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕਿਆ ਜੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ।
ਜਦੋਂ ਵੀ ਜਾਂਦੇ ਹਾਂ ਸਾਨੂੰ ਇੰਨੀ ਗੱਲ ਕਹਿ ਦਿੱਤੀ ਜਾਂਦੀ ਹੈ ਜੀ PCR ਲਗਾ ਦਿੱਤੇ ਜਾਣਗੇ, ਪਰ ਕੋਈ ਕਾਰਵਾਈ ਨਹੀਂ ਹੁੰਦੀ। ਅਗਲੀ ਗੱਲ ਅਸੀਂ ਇਹ ਕਰਨਾ ਚਾਹੁੰਦੇ ਹਾਂ, ਸਾਡੇ ਆਹ 5-7 ਦਿਨਾਂ ਵਿੱਚ ਇੰਨੀਆਂ ਇਹਨਾਂ ਲੁੱਟਾਂ ਹੋਈਆਂ ਕਿ ਗਰੀਬ ਬੰਦੇ ਆ ਰੇਹੜੀਆਂ ਵਾਲੇ, ਉਹਨਾਂ ਨੂੰ ਸੱਤ-ਸੱਤ, 8-8 ਹਜ਼ਾਰ ਰੁਪਏ ਖੋਏ ਗਏ ਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਸਾਰੀ ਰੇਹੜੀ ਯੂਨੀਅਨ ਅਤੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਯੂਨੀਅਨ ਇਹ ਕਹਿਣਾ ਚਾਹੁੰਦੀ ਆ ਕਿ ਜੇ ਸਾਡੀ, ਅਸੀਂ ਅੱਜ DSP ਪੁਲਿਸ ਪ੍ਰਸ਼ਾਸਨ ਨੂੰ ਮਿਲਾਂਗੇ, ਜੇ ਸਾਡੀ ਆ ਸੁਣਵਾਈ ਨਾ ਹੋਈ, ਜੇ ਇਸ ਮਸਲੇ ਦਾ ਹੱਲ ਨਾ ਨਿਕਲਿਆ, ਤਾਂ ਅਸੀਂ ਅਗਲੀ ਕਾਰਵਾਈ ਇਹ ਕਰਾਂਗੇ, ਸਬਜ਼ੀ ਮੰਡੀ ਬੰਦ ਕਰਾਂਗੇ ਅਤੇ ਅਸੀਂ ਸਿਟੀ ਦੇ ਮੂਹਰੇ ਧਰਨਾ ਦੇਵਾਂਗੇ ਸਾਡਾ ਹੱਲ ਨਾ ਹੋਇਆ ਤਾਂ ਜੀ। ਕਿਉਂਕਿ ਇਸ ਵਿੱਚ ਸਾਡੀ ਸਾਰੀ ਰੇਹੜੀ ਯੂਨੀਅਨ ਅਤੇ ਸਾਡਾ ਆੜ੍ਹਤੀ ਐਸੋਸੀਏਸ਼ਨ ਸਾਰੀ ਯੂਨੀਅਨ ਸਾਡੇ ਨਾਲ ਹੈ ਜੀ। ਜੇ ਪਹਿਲੀ ਗੱਲ, ਅਸੀਂ ਪ੍ਰਸ਼ਾਸਨ ਦੇ ਅੱਗੇ ਜਾ ਕੇ ਬੇਨਤੀ ਕਰਾਂਗੇ ਸਾਡਾ ਇਹ ਮਸਲੇ ਦਾ ਹੱਲ ਕੀਤਾ ਜਾਵੇ, ਜੇ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾਂ ਅਗਲੀ ਕਾਰਵਾਈ ਅਸੀਂ ਇਹ ਕਰਾਂਗੇ, ਮੰਡੀ ਯੂਨੀਅਨ ਸਾਰੀ ਬੰਦ ਕੀਤੀ ਜਾਊਗੀ। ਮੰਡੀ 'ਚ ਇੱਥੇ ਸਾਰੇ ਜਿਹੜੇ ਆੜ੍ਹਤ ਵਾਲੇ ਅਤੇ ਜਿਹੜੇ ਸਬਜ਼ੀ ਵਾਲੇ ਰੇਹੜੀਆਂ ਵਾਲੇ ਹੈਗੇ ਨੇ ਉਹ ਇਕੱਠੇ ਹੋਏ ਸੀਗੇ ਅਤੇ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਸੀ ਸਵੇਰੇ ਦੇ ਟਾਈਮ ਜਿਹੜਾ 4 to 6 ਸਾਡੇ ਜਿਹੜਾ PCR ਦੀ ਗਸ਼ਤ ਵਧਾਈ ਜਾਵੇ ਅਤੇ ਉਹ ਜਿਹੜੀ ਹੈਗੀ ਹੈ ਅਸੀਂ PCR ਨੂੰ ਹਦਾਇਤ ਕਰਤੀ ਹੈ ਵੀ 2 PCR ਪੱਕੇ ਸਵੇਰੇ ਇੱਥੇ ਮੰਡੀ 'ਚ ਰਿਹਾ ਕਰਨਗੇ ਅਤੇ ਨਾਲੇ ਜਿਹੜੇ ਚੌਂਕੀ ਦਾ ਡਿਊਟੀ ਅਫਸਰ ਹੋਇਆ ਕਰੂਗਾ ਉਹਨੂੰ ਵੀ ਅਸੀਂ ਹਦਾਇਤ ਕੀਤੀ ਹੈ ਵੀ ਇੱਥੇ ਜਿਹੜਾ ਸਵੇਰੇ 4 to 6 ਗੇੜਾ ਰੱਖੇ ਅਤੇ ਜੇ ਕੋਈ ਮਾੜੇ ਅਨਸਰ ਤੁਰੇ ਫਿਰਦੇ ਆ ਤਾਂ ਉਹਨਾਂ ਨੂੰ ਲਿਆ ਕੇ ਥਾਣੇ ਵੈਰੀਫਾਈ ਕੀਤਾ ਜਾਵੇ।